ਬੜੇ ਦੁੱਖ ਦੀ ਗੱਲ ਹੈ ਕਿ ਦੂਸਰੀ ਤੀਸਰੀ ਵਾਰ ਖਾਸ ਕਰਕੇ ਇਹੋ ਜਿਹੀਆਂ ਵਾਰਦਾਤਾਂ ਹੋਣ ਤੋਂ ਬਾਅਦ ਇਸ ਹੋਸਪਿਟਲ 'ਚ ਆਉਣਾ ਪੈ ਰਿਹਾ। ਅਮਿਤ ਸ਼ਰਮਾ ਜੀ ਦੇ ਵੇਲੇ ਵੀ ਆਏ ਹਾਂ, ਹੋਰ ਵੀ ਵਾਰਦਾਤਾਂ ਵੇਲੇ ਆਏ ਹਾਂ। ਚਾਹੇ ਦੁਰਗਾ ਗੁਪਤਾ ਜੀ ਦੀ ਹੱਤਿਆ ਹੋਈ ਹੋਵੇ, ਅਮਿਤ ਸ਼ਰਮਾ ਜੀ ਦੀ ਹੱਤਿਆ ਹੋਈ, ਅਰਵਿੰਦਰ ਗੁਸਾਈ ਜੀ ਦੀ ਹੋਈ ਹੋਵੇ, ਬ੍ਰਿਗੇਡੀਅਰ ਗਗਨੇਜਾ ਜੀ ਦੀ ਹੱਤਿਆ ਹੋਈ ਹੋਵੇ, ਅਰਵਿੰਦਰ ਗੁਸਾਈ ਜੀ ਦੀ ਹੱਤਿਆ ਹੋਈ ਹੋਵੇ, ਸਾਡੇ ਵੱਡੇ ਭਰਾ ਸੁਧੀਰ ਸੂਰੀ ਜੀ ਦੀ ਹੱਤਿਆ ਹੋਈ ਹੋਵੇ, ਹਾਲ ਹੀ ਦੇ ਵਿੱਚ ਨੰਗਲ ਦੇ ਵਿੱਚ ਪ੍ਰਭਾਕਰ ਜੀ ਦੀ ਹੱਤਿਆ ਹੋਵੇ, ਮੈਂ ਕਹਿੰਦਾ ਇਸ ਤੋਂ ਮਾੜੀ ਗੱਲ ਕੀ ਹੋਏਗੀ ਕਿ ਮੈਂ ਨੰਗਲ ਸੰਸਕਾਰ 'ਤੇ ਜਾਣਾ ਚਾਹੁੰਦਾ ਸੀ, ਸਰਕਾਰ ਨੇ ਰੋਕ ਦਿੱਤਾ। 15 ਅਗਸਤ, 26 ਜਨਵਰੀ, 6 ਜੂਨ ਆਉਂਦੀ ਹੈ, ਪ੍ਰਸ਼ਾਸਨ ਰੋਕ ਦਿੰਦਾ ਜੀ ਤੁਸੀਂ ਬਾਹਰ ਚਲੇ ਜਾਓ ਜੀ, ਤੁਸੀਂ ਹਿਮਾਚਲ ਚਲ ਜਾਓ, ਖਤਰਾ ਬਹੁਤ ਜ਼ਿਆਦਾ ਜੀ ਇਹੋ ਜਿਹਾ। ਇਹ ਚਲੋ ਮੈਂ ਆਪਣਾ ਕਰੋਣਾ ਨਹੀਂ ਰੋ ਰਿਹਾ ਕਿ ਮੈਨੂੰ ਬੜੇ ਥ੍ਰੈਟ ਆਉਂਦੇ ਆ, ਸਾਰੀ ਦੁਨੀਆ ਨੂੰ ਪਤਾ ਹੀ ਆ, ਜਿਹਨੂੰ ਵੀ ਥ੍ਰੈਟ ਆਉਂਦਾ ਉਹ ਅੱਜ ਕੱਲ੍ਹ ਡਰਦਾ ਪ੍ਰਸ਼ਾਸਨ ਨੂੰ ਦੱਸਦਾ ਹੀ ਨਹੀਂ, ਜਿਹਨੂੰ ਜੇ ਉਹ ਪ੍ਰਸ਼ਾਸਨ ਨੂੰ ਦੱਸਦਾ ਆ ਕਿ ਸਰ ਮੈਨੂੰ ਥ੍ਰੈਟ ਆਈ ਆ, ਕੌਲ ਆਈ ਆ ਜੀ, ਐਸੇ ਆ ਵੈਸੇ ਆ, ਤਾਂ ਅੱਗੇ ਉਹਨੂੰ ਹੁਕਮ ਆਉਂਦਾ ਜੀ ਭਾਈ ਤੁਸੀਂ ਘਰੋਂ ਬਾਹਰ ਨਾ ਨਿਕਲੋ, ਤੁਸੀਂ ਆਪਣੇ ਦਫ਼ਤਰ ਨਾ ਜਾਓ। ਈਵਨ ਕਿ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਕਿ ਮੈਨੂੰ ਆਪਣੇ ਦਫ਼ਤਰ ਖੋਲ੍ਹਣ 1 ਸਾਲ ਹੋ ਗਿਆ, ਕਹਿੰਦੇ ਤੁਸੀਂ ਦਫ਼ਤਰ ਨਹੀਂ ਜਾਣਾ, ਤੁਹਾਡਾ ਹਾਈਵੇ 'ਤੇ ਔਫਿਸ ਆ, ਕਦੇ ਅਟੈਕ ਹੋ। ਚਲੋ ਮੈਂ ਸਮਝਦਾ ਅਫਸਰ ਸਾਡੀ ਸਹਿਮਤੀ ਸਾਡੇ ਨਾਲ ਸਾਨੂੰ ਬਚਾਉਣਾ ਚਾਹੁੰਦੇ ਤਾਂ ਹੀ ਇਹ ਗੱਲ ਕਹਿ ਰਹੇ, ਨਹੀਂ ਤਾਂ ਉਹਨਾਂ ਨੂੰ ਸਾਡੇ ਬਿਜ਼ਨਸ ਨਾਲ ਕੀ ਇੰਟਰਸਟ ਆ। ਪਰ ਕਿਤੇ ਨਾ ਕਿਤੇ ਜਿਨ੍ਹਾਂ ਕੋਲ ਸਕਿਉਰਟੀਆਂ ਹੈ ਵੀ ਨਾ, ਜਾਂ ਤਾਂ ਮੈਂ ਕਹਿੰਦਾ ਨਾ ਦਿਓ, ਜਿਹਨੂੰ ਖਤਰਾ ਹੈ ਨਹੀਂ ਨਾ ਦਿਓ, ਮੈਂ ਨਹੀਂ ਕਹਿੰਦਾ ਕਿਸੇ ਨੂੰ ਸਕਿਉਰਟੀ, ਜੇ ਕਿਸੇ ਨੂੰ ਦੇਣੀ ਹੈ ਤਾਂ ਸਕਿਉਰਟੀ ਨਾ, ਤਾਂ ਮਜ਼ਾਕ ਨਾ ਕਰੋ ਦਿਓ, ਕਿਉਂਕਿ ਕੱਲ੍ਹ ਨੂੰ ਤਾਂ ਆਪਣਾ ਇਹੀ ਸਟੇਟਮੈਂਟ ਦੇਣੀ, ਅਸੀਂ ਤਾਂ ਇੰਨੇ ਬੰਦੇ ਦਿੱਤੇ ਸੀ, ਉਹ ਮੇਰੇ ਵਰਗੇ ਬੰਦੇ ਨਾਲ ਚਾਹੇ 2 ਦਰਜਣਾ ਦਿੱਤੇ ਹੋਣ, ਜੇ ਬੱਚੋ ਮੈਂ ਕਹਿੰਦਾ ਫਾਇਰ ਕਰਨ ਵਾਲੇ ਜਿਹੜੇ ਮੈਨੂੰ, ਮੇਰੇ ਮਨ ਨੂੰ ਲੱਗਦਾ ਕਿ ਮੇਰੇ ਨਾਲ ਜੇ ਕੱਲ੍ਹ ਨੂੰ ਭੀੜ ਪੈ ਗਈ, ਖੜ੍ਹਨ ਵਾਲੇ 5-7 ਬੰਦੇ ਆ, ਬਾਕੀ ਵਧੀਆ ਨੇ, ਮੈਂ ਨਹੀਂ ਕਹਿੰਦਾ ਮਾੜੇ ਨੇ, ਜਿਹੜੇ ਮੇਰਾ ਪਰਿਵਾਰ ਦੇ ਅੰਗ ਨੇ, ਸਾਰਿਆਂ ਦੇ ਜਿਹੜੇ ਸੁਰੱਖਿਆ ਕਰਮੀ ਆ 24 ਘੰਟੇ ਪਰਿਵਾਰਿਕ ਜਣ ਹੁੰਦੇ ਆ, ਪਰ ਜਿਹੜੇ ਬੰਦੇ 50, 55, 60 ਸਾਲ ਉਮਰ ਹੋ ਗਈ ਆ, BP, ਸ਼ੂਗਰ, ਹਾਰਟ ਅਟੈਕ ਜਿਹਨੂੰ ਆ ਚੁੱਕਿਆ, ਕੀ ਉਹ ਸਕਿਉਰਟੀ ਕਰਨ ਦੇ ਕਾਬਿਲ ਹੈਗਾ? ਉਹਦਾ ਸਿਟਿੰਗ ਜੋਬ ਚਾਹੀਦੀ ਹੈ। ਇਸ ਤੋਂ ਇਲਾਵਾ ਜਿੰਨੇ ਸਾਡੇ ਸੀਨੀਅਰ ਅਫਸਰ ਸਾਹਿਬਾਨ ਨੇ, ਹੁਣ ਪਿੱਛੇ ਇਲੈਕਸ਼ਨ ਆਏ ਸੀਗੇ, ਮੇਰੇ ਖੁਦ ਦੇ 9-10 ਬੰਦੇ ਡਿਊਟੀ ਲਈ ਬੁਲਾਏ ਸੀ, ਕੋਈ ਗੱਲ ਨਹੀਂ, ਮੈਂ ਕਹਿੰਦਾ 20 ਬੁਲਾ ਲਓ, ਪਰ ਕੀ ਇਲੈਕਸ਼ਨਾਂ ਵੇਲੇ ਖਤਰਾ ਘੱਟ ਜਾਂਦਾ? ਖਤਰਾ ਵੇਲੇ ਇਲੈਕਸ਼ਨਾਂ ਵੇਲੇ ਅੱਤਵਾਦੀ ਗੈਂਗਸਟਰ ਹੜਤਾਲ 'ਤੇ ਚਲ ਜਾਂਦੇ ਆ, ਸਾਨੂੰ ਕਹਿ ਤਾਂ ਜਾਂਦਾ ਤੁਸੀਂ ਬਾਹਰ ਚਲ ਜਾਓ, ਤੁਸੀਂ ਇੱਦਾਂ ਕਰ ਲਓ, ਤੁਸੀਂ ਇੱਦਾਂ ਕਰ ਲਓ। ਦੂਜੀ ਗੱਲ, ਮਾਇੰਡ ਨਾ ਕਰਨਾ, ਮੈਂ ਹੱਥ ਜੋੜ ਕੇ ਪਹਿਲਾਂ ਬੇਨਤੀ ਕਰਦਾ ਕਿ ਤੁਹਾਡੀ ਮੀਡੀਆ ਕਰਕੇ ਅਸੀਂ ਸਾਰੇ ਹਾਂ, ਕਿਤੇ ਵੀ ਗੱਲ ਆ ਜਾਏ, ਸ਼ਿਵ ਸੈਨਾ ਵਾਲੇ ਨਾ ਜੀ ਗਰਮ ਬੜਾ ਬੋਲਦੇ ਆ ਜੀ, ਗਲਤ ਬੋਲਦੇ, ਸਕਿਉਰਟੀਆਂ ਲੈਣ ਪਿੱਛੇ, ਹਰ ਜਥੇਬੰਦੀ ਦੇ ਨੁਮਾਇੰਦੇ ਕੋਲ ਸਿਕਿਉਰਟੀ ਹੈ, ਚਾਹੇ ਕੋਈ ਅਕਾਲੀ ਦਲ ਦਾ ਹੈ, ਕਿਸਾਨ ਆਗੂਆਂ ਕੋਲ ਕਈਆਂ ਕੋਲ ਸਿਕਿਉਰਟੀਆਂ ਨੇ, BJP ਦੇ ਆਗੂਆਂ ਕੋਲ ਸਿਕਿਉਰਟੀ ਆ, ਕਾਂਗਰਸ ਦੇ ਆਗੂਆਂ ਕੋਲ ਸਿਕਿਉਰਟੀ ਆ। ਜੇ ਹਾਂ ਕੁਛ ਸਾਡੇ ਬੰਦੇ ਸਿਕਿਉਰਟੀ ਲੈਣ ਲਈ ਗਲਤ ਕੰਮ ਵੀ ਕਰਦੇ ਆ, ਉਹਨਾਂ ਦੇ ਪਰਚਾ ਹੁੰਦਾ, ਅੰਦਰ ਜਾਂਦੇ ਆ, ਜੇ ਕੋਈ ਗਲਤ ਸਟੇਟਮੈਂਟ ਦਿੰਦਾ ਆ, ਗਲਤ ਭੜਕਾਊ ਕੰਮ ਕਰਦਾ, ਪ੍ਰਸ਼ਾਸਨ 10 ਸੈਕਿੰਡ ਲਾਉਂਦਾ ਅੰਦਰ ਦੇਣ ਨੂੰ, ਪਰ ਆਹ ਥੋੜ੍ਹੀਆਂ ਹੁਣ ਥਾਪਰ ਜੀ ਦੱਸੋ ਕਿਹੜਾ ਗਲਤ ਸਟੇਟਮੈਂਟ। ਇਹ ਗੱਲ ਆ ਕਿ ਜਿਹੜੀ ਗੱਲ ਆਮ ਲੋਕ ਘਰਾਂ 'ਚ ਕਰਦੇ ਆ ਵੀ ਆਹ ਗਲਤ ਹੋ ਰਿਹਾ ਯਾਰ, ਆ ਇੱਥੇ ਵੇਦ ਵੀ ਹੋ ਰਹੀ ਹੈ, ਗਲਤ ਹੋ ਰਿਹਾ, ਉਹ ਗੱਲ ਮੀਡੀਆ ਸਾਹਮਣੇ ਬੋਲਦਾ, ਖੁੱਲ੍ਹ ਕੇ ਬੋਲਦਾ ਸੀ, ਇਹ ਕਸੂਰ ਥੋੜ੍ਹੀ ਉਹਦਾ ਕੋਈ। ਤਿਰੰਗੇ ਦੇ ਸਮਾਨ ਦੀ ਗੱਲ ਕਰਨਾ, ਭਗਵੇਂ ਦੇ ਸਮਾਨ ਦੀ ਗੱਲ ਕਰਨਾ, ਗਲਤ ਗੱਲ ਥੋੜ੍ਹੀ ਆ। 2 ਆਰੋਪੀ ਫੜੇ ਜਾ ਚੁੱਕੇ ਨੇ, ਇੱਕ ਨੂੰ ਲੈ ਕੇ ਪੁਲਿਸ ਕਹਿ ਰਹੀ ਹੈ ਕਿ ਆਈਡੈਂਟੀਫਾਈ ਹੋ ਚੁੱਕਿਆ, ਬਹੁਤ ਜਲਦ ਜਿਹੜੀ ਗ੍ਰਿਫਤਾਰੀ ਹੋਊਗੀ। ਕੀ ਚਲੋ ਪੁਲਿਸ ਨੇ ਬੜਾ ਅੱਛਾ ਜਿਹੜਾ ਫੜ ਲਿਆ, ਵਧੀਆ ਗੱਲ ਆ। ਵੈਸੇ ਵੀ ਜਿਹੜੇ ਉਰੇ ਕਪਤਾਨ ਸਾਹਿਬ ਨੇ IPS ਕੁਲਦੀਪ ਚਹਿਲ ਸਾਡੇ ਮੁਹਾਲੀ ਸ਼ਹਿਰ 'ਚ ਰਹੇ ਆ, ਜਿੰਨਾ ਟਾਈਮ ਮੁਹਾਲੀ 'ਚ ਰਹੇ ਆ ਬੜਾ ਵਧੀਆ ਮਾਹੌਲ ਰਿਹਾ, ਇੱਥੇ ਵੀ ਲਗਭਗ ਅਸੀਂ ਦੇਖਿਆ ਹੀ ਆ, ਸੋਸ਼ਲ ਮੀਡੀਆ ਦੇਖਦੇ ਵੀ ਆਏ ਦਿਨ ਐਨਕਾਊਂਟਰ ਵਗੈਰਾ ਹੋ ਰਹੇ ਆ, ਇਹ ਤਾਂ ਵੈਸੇ ਜਾਣੇ ਜਾਂਦੇ ਐਨਕਾਊਂਟਰ ਕਰਨ ਲਈ। ਮੈਂ ਪੁਲਿਸ ਦੀ ਕਾਰਿਆ ਪ੍ਰਣਾਲੀ 'ਤੇ ਕੋਈ ਇੰਨਾ ਸਵਾਲ ਨਹੀਂ ਚੱਕ ਰਿਹਾ, ਪਰ ਜਿਹੜੇ ਉੱਪਰ ਬਹੁਤ ਵੱਡੇ ਵੱਡੇ ਬੁੱਧੀਜੀਵੀ ਅਫਸਰ ਬੈਠੇ ਆ ਜਾਂ ਸਰਕਾਰਾਂ ਦੀਆਂ ਜਿਹੜੀਆਂ ਪੋਲਿਸੀਆਂ ਨੇ ਉਹਨਾਂ ਨੂੰ ਦੇਖਣਾ ਚਾਹੀਦਾ, ਜੇ ਜਾਂ ਤਾਂ ਸਿਕਿਉਰਟੀ ਕਿਸੇ ਨੂੰ ਦੋ ਨਾ ਦੇਣੀ ਆ। ਕਈ ਵਾਰ ਕੀ ਹੁੰਦਾ ਜੀ, ਇੱਕ ਬੰਦੇ ਨਾਲ 2 ਬੰਦੇ ਲਗਾ ਤੇ ਜਾਂਦੇ ਆ,
ਫਿਰ ਉਹ ਦੋ ਬੰਦੇ ਛੁੱਟੀ ਚੱਲਦੇ ਨੇ, ਦੂਜੇ ਜਿਨ ਉਹਦੇ ਇੰਚਾਰਜ ਅਫਸਰ ਨੂੰ ਨਹੀਂ ਪਤਾ ਹੁੰਦਾ ਕਿ ਇਹਨਾਂ ਸਿਕਿਉਰਿਟੀ ਹੈ ਨਹੀਂ, ਜਿਹਨੂੰ ਨਹੀਂ ਵੀ ਪਤਾ ਹੁੰਦਾ ਜਦੋਂ ਦੋ ਦਿਨ ਉਹਦੇ ਨਾਲ ਗਨਮੈਨ ਘੁੰਮ ਜਾਂਦਾ ਉਹਨੂੰ ਖਤਰਾ ਵੈਸੇ ਆ ਜਾਂਦਾ। ਜੈ ਸ਼੍ਰੀ ਕ੍ਰਿਸ਼ਨ। ਹਾਂਜੀ, ਆ ਬਾਹਰ ਯਾਤਰਾ ਕੱਢ ਰਹੇ ਹਾਂ ਜੀ ਅਸੀਂ। 23 ਸਤੰਬਰ ਨੂੰ ਅਸੀਂ ਸ਼ਹੀਦ, 23 ਸਤੰਬਰ ਦੇ 2 ਅਕਤੂਬਰ ਸਾਡੇ ਪ੍ਰਵਕਤਾ ਨੇ, ਨੈਸ਼ਨਲ ਪ੍ਰਵਕਤਾ ਨੇ ਦੱਸੋ ਜੀ ਦੀਪਕ ਸ਼ੰਡਲਿਆ ਜੀ ਅੰਬਾਲਾ ਤੋਂ। ਰਥ ਯਾਤਰਾ ਇੱਕ ਨਿਕਾਲੀ ਜਾਏਗੀ, ਅਭਿਆਰ ਯਾਤਰਾ ਦਿੱਲੀ ਸ਼ਹੀਦ ਭਗਤ ਸਿੰਘ ਚੌਂਕ ਸੇ ਨਿਕਾਲੀ ਜਾਏਗੀ।